ਬਰਾੜ ਸਾਹਿਬ, ਅੰਬਾਨੀਆਂ ਦਾ ਵਿਆਹ ਦੀ ਬੜੀ ਚਰਚਾ ਹੋ ਰਹੀ ਆ ਔਰ ਸਾਰੇ ਪਾਸੇ ਉਹੀ ਚੱਲ ਰਿਹਾ। ਰੀਲਾਂ ਚ ਜਦੋਂ ਯੂ ਆਪਣਾ ਫੇਸਬੁੱਕ ਖੋਲਦੇ, ਇੰਸਟਾਗ੍ਰਾਮ ਖੋਲਦੇ, ਸਾਰੇ ਉਹੀ ਆਉਂਦਾ ਰੀਲਾਂ ਚ। ਤੁਹਾਨੂੰ ਵੀ ਦੇਖਣ ਨੂੰ ਮਿਲ ਰਿਹਾ ਉਹ? ਨਹੀਂ ਨਹੀਂ ਬਾਈ, ਮੈਂ ਨੀ ਇਹ ਦੇਖਦਾ ਗਾ। ਕਾਰਨ ਉਹਦਾ ਇਹ ਆ ਵੀ ਵਿਆਹ ਤਾਂ ਇੱਕ ਹੀ ਹੋਇਆ, ਮਹਾਰਾਜੀਤ ਸਿੰਘ ਦੇ ਪੋਤਰੇ ਦਾ, ਜਿਹੜਾ ਕਮਰਨੋ ਨਿਹਾਲ ਸਿੰਘ ਦਾ ਵਿਆਹ ਹੋਇਆ ਸੀ, ਉਹ ਵਿਆਹ ਸੀ। ਉਹਦੀ ਚਰਚਾ ਅੱਜ ਵੀ ਆਪਾਂ ਕਰ ਸਕਦੇ ਹਾਂ। ਸਰਦਾਰ ਦੀ ਜਦੋਂ ਉੱਥੋਂ ਬਰਾਤ ਚੜ੍ਹੀ ਹੈ, ਸ਼ਾਮ ਸਿੰਘ ਅਟਾਰੀ ਵਾਲੇ ਦੀ ਬੇਟੀ ਨੂੰ ਵਿਆਹੁਣ ਵਾਸਤੇ ਆਏ ਆ, ਤਾਂ ਉਦੋਂ ਤੁਸੀਂ ਵੇਖੋ ਅਲੱਗ ਤਲਾਬ ਨੇ, ਬੰਦਿਆਂ ਦੇ ਨਹਾਉਣ ਨੂੰ ਅਲੱਗ, ਪਸ਼ੂਆਂ ਦੇ ਨਹਾਉਣ ਨੂੰ ਅਲੱਗ, ਪਾਣੀ ਪਿਉਣ ਨੂੰ ਅਲੱਗ, ਔਰ 60 ਮੁਲਕਾਂ ਦੇ ਪ੍ਰਤੀਨਿਧ ਆਏ ਹੋਏ ਸੀ ਲਾਹੌਰ ਕਿਲ੍ਹੇ 'ਚ। 60 ਮੁਲਕਾਂ ਦੇ ਰਾਜੇ, ਜਿਨ੍ਹਾਂ ਵਿੱਚ ਮਹਾਰਾਣੀ ਵੀ ਆਈ ਵੀ ਸੀ ਉਸ ਟਾਈਮ ਦੀ। ਔਰ ਤੁਸੀਂ ਇਹ ਦੇਖੋ ਵੀ ਇੱਕ ਅੰਗਰੇਜ਼ ਲਿਖਦਾ ਆਪਦੀ ਡੈਰੀ 'ਤੇ, ਕਹਿੰਦਾ ਕਿਲ੍ਹੇ ਦੇ ਇੱਕ ਦਰਵਾਜ਼ੇ 'ਤੇ ਹੀਰਾ ਸਿੰਘ ਖੜ੍ਹਾ ਸੀ, ਜਿਹੜਾ ਕਿ ਡੋਗਰਿਆਂ ਦਾ ਮੁੰਡਾ ਸੀ, ਲੇਕਿਨ ਸੋਹਣਾ ਇੰਨਾ ਸੀ ਮਹਾਰਣਜੀਤ ਸਿੰਘ ਨੇ ਅਡੋਪਟ ਕਰ ਲਿਆ ਸੀ। ਸਾਰੀ ਉਹਦੀ ਐਜੂਕੇਸ਼ਨ, ਸਾਰਾ ਉਹਦਾ ਖਰਚ ਮਹਾਰਣਜੀਤ ਸਿੰਘ ਦੇ ਆਪਦੇ ਖਜ਼ਾਨੇ 'ਚੋਂ ਜਾਂਦਾ ਸੀ। ਤਾਂ ਕਹਿੰਦੇ ਹੀਰਾ ਸਿੰਘ ਜਿਹੜਾ ਖੜ੍ਹਾ ਸੀ ਨਾ, ਅੰਗਰੇਜ਼ ਲਿਖਦਾ, ਉਹ ਸਵਾਗਤ ਕਰਨ ਵਾਸਤੇ ਖੜ੍ਹਾ ਸੀ। ਉਹਦੇ ਨਾਲ ਹੋਰ ਅਹਿਲਕਾਰ, ਹੋਰ ਵੀ ਬੜੇ ਬੰਦੇ ਖੜ੍ਹੇ ਸੀ। ਵਿਆਹ ਵਾਲੇ ਦਿਨਾਂ ਦੀ ਗੱਲ ਦੱਸਦਾ, ਜਦੋਂ ਕਮਰਨੋ ਨਿਹਾਲ ਦਾ ਵਿਆਹ ਚੱਲ ਰਿਹਾ, ਤਾਂ ਤੁਸੀਂ ਦੇਖੋ ਵੀ ਉਹ ਅੰਗਰੇਜ਼ ਕਹਿੰਦਾ ਵੀ ਹੀਰਾ ਸਿੰਘ ਦਾ ਇੱਕ ਵੀ ਅੰਗ ਬਾਹਰ ਨੰਗਾ ਨਹੀਂ ਸੀ ਦਿਸਦਾ, ਜਿਹਦੇ 'ਤੇ ਹੀਰੇ ਨਾਲ ਲਵੇਟੇ ਹੋਣ। ਔਰ ਇੰਨੇ ਸੋਹਣੇ ਦੇ ਕੱਪੜੇ 'ਤੇ, ਹਰ ਜਗ੍ਹਾ 'ਤੇ, ਮੱਥੇ 'ਤੇ, ਬਾਹਾਂ 'ਤੇ, ਡੌਲੇ 'ਤੇ, ਔਰ ਇੰਨੀ ਇੰਨੀ ਹੀਰਿਆਂ ਦੀ ਕੀਮਤ ਸੀ। ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਕੋਹੇਨੂਰ ਹੀਰਾ ਇੱਥੇ ਡੌਲੇ 'ਤੇ ਬੰਨਿਆ ਹੁੰਦਾ ਸੀ ਨਾ, ਅੱਜ ਵੀ ਅੰਗਰੇਜ਼ਾਂ ਦਾ ਜੇ ਉੱਥੇ ਰੱਖਿਆ ਵਾ ਨਾ ਲੰਡਨ ਵਿੱਚ, ਉਹਦੀ ਇੰਨੀ ਕੁ ਕੀਮਤ ਆ ਕੋਹੇਨੂਰ ਹੀਰੇ ਦੀ ਵੀ ਜਿੰਨਾ ਇੱਕ ਦਿਨ ਦਾ ਖਰਚਾ ਸਾਰੀ ਦੁਨੀਆਂ ਦਾ, ਉਨੀ ਉਹਦੀ ਕੀਮਤ ਦਾ ਅੰਦਾਜ਼ਾ ਲਾਉਂਦੇ ਆ। ਅਤੇ ਅੰਬਾਨੀ ਤਾਂ ਉਹਦੇ ਮੁਕਾਬਲੇ ਮੇਰਾ ਖਿਆਲ 0.0005% ਵੀ ਨਹੀਂ ਆਉਂਦੇ ਗੇ ਵੀ ਜਿੰਨੇ ਉਸ ਇਕੱਲੇ ਹੀਰੇ ਦੀ ਕੀਮਤ ਆ। ਔਰ ਮੰਜਿਆਂ ਦੇ ਮੰਜੇ ਭਰੇ ਹੁੰਦੇ ਸੀਗੇ ਹੀਰਿਆਂ ਦੇ ਨਾਲ, ਜਵਾਹਰਾਤ ਨਾਲ। ਕਈ ਵਾਰੀ ਉਹ ਸਾਰਿਆਂ ਨੂੰ ਦਿਖਾਉਣ ਵਾਸਤੇ, ਜਿਵੇਂ ਆਪਾਂ ਆਪਦੇ ਰਿਸ਼ਤੇਦਾਰਾਂ, ਦੋਸਤ ਮਿੱਤਰਾਂ ਨੂੰ, ਜਿਵੇਂ ਬੀਬੀਆਂ ਵੱਡੀ ਆਪਾਂ ਪੁਰਾਣੇ ਵਿਆਹ 'ਚ ਬਰੀਆਂ ਬਰੀ ਦਿਖਾਉਂਦੇ ਜਾਂ ਹੋਰ ਚੀਜ਼ਾਂ ਦਿਖਾਉਂਦੇ ਹਾਂ, ਉਵੇਂ ਦਿਖਾਉਂਦੇ ਹੁੰਦੇ ਸੀ ਲਾਹੌਰ ਕਿਲ੍ਹੇ ਵਿੱਚ ਮਹਾਰਾਜਾ ਸਾਹਿਬ, ਤਾਂ ਉਹ ਦੇਖਣ ਵਾਲੀਆਂ ਗੱਲਾਂ ਸੀ। ਤਾਂ ਤੁਸੀਂ ਦੇਖੋ 60 ਮੁਲਕਾਂ ਦੇ ਪ੍ਰਤੀਨਿਧ ਜਦੋਂ ਕਮਰਨੋ ਨਿਹਾਲ ਦੇ ਮੱਥੇ 'ਤੇ ਸਿਰਾ ਬੰਨਣ ਲੱਗੇ ਨਾ, ਅਤੇ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਇਹ ਭਾਈ ਕਿੰਨੇ ਦਾ ਬਣਿਆ, ਤਾਂ ਉੱਥੋਂ ਦੱਸਿਆ ਉਹਨਾਂ ਨੇ, ਕਹਿੰਦੇ ਵੀ 9 ਲੱਖ ਰੁਪਏ ਦਾ ਜੀ। ਅਤੇ ਮਹਾਰਾਜਾ ਸਾਹਿਬ ਕਹਿੰਦੇ ਉਸ ਵੇਲੇ ਦਾ 9 ਲੱਖ, ਕਹਿੰਦੇ ਵੀ ਇਹ ਬੰਨਣਾ ਨਹੀਂ, ਇਹ ਦਰਬਾਰ ਸਾਹਿਬ ਭਾਈ ਮੱਥਾ ਟੇਕੋ ਆਈ, ਅਤੇ ਇਹਨਾਂ ਦੇ ਸਿੰਪਲ ਸਿਰਾ ਬੰਨ ਦਿਓ। ਅਤੇ ਉਹ ਦਰਬਾਰ ਸਾਹਿਬ ਅੱਜ ਵੀ ਮੌਜੂਦ ਹੈ, ਚਾਹੇ ਹੁਣ ਤੁਸੀਂ ਹੀਰਿਆਂ ਦੀ ਉਹਦੀ ਕੀਮਤ ਦੇਖ ਲਓ, ਅੱਜ ਵੀ ਦਰਬਾਰ ਸਾਹਿਬ ਉਹ ਤੁਸ਼ੇਖਾਨੇ 'ਚ ਰੱਖਿਆ ਵਾ। ਤਾਂ ਮੇਰਾ ਮਤਲਬ ਕਹਿਣ ਦਾ, ਜਦੋਂ ਕਮਰਨੋ ਨਿਹਾਲ ਸਿੰਘ ਆਪਦੀ ਮਤਲਬ ਵਿਆਹ ਦੇ ਬਾਅਦ ਮੰਨ ਲਓ ਡੋਲੀ ਘਰ ਆਈ, ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਇੱਕ ਹਵੇਲੀ ਦੀਆਂ ਚਾਬੀਆਂ ਦਿੱਤੀਆਂ, ਉਹ ਹਵੇਲੀ 'ਚ ਦੇਖਣ ਵਾਲੀ ਆ। ਉਹ ਹਵੇਲੀ 'ਚ ਸਕੂਲ ਚੱਲ ਰਿਹਾ ਹੁਣ ਉੱਥੇ ਲਾਹੌਰ, ਔਰ ਇੰਨੀ ਸੋਹਣੀ ਉਹ ਹਵੇਲੀ ਸੀ, ਔਰ ਉਹਦੀਆਂ ਕੰਧਾਂ 'ਚ ਹੀਰੇ ਜਵਾਹਰਾਤ ਲੱਗੇ ਹੁੰਦੇ ਸੀ। 1983 'ਚ ਮੈਂ ਆਪਦੇ ਪਿਤਾ ਜਹੇਦਾਰ ਸਰਦਾਰ ਤੋਤਾ ਸਿੰਘ ਜੀ ਦੇ ਨਾਲ ਨਾ ਅਸੀਂ ਟੂਰ 'ਤੇ ਗਏ ਪਾਕਿਸਤਾਨ, ਅਤੇ ਮੈਂ ਸਪੈਸ਼ਲੀ, ਭਾਵੇਂ ਉਦੋਂ ਮੈਂ ਇੰਨੀ ਨੌਲੇਜ ਨਹੀਂ ਸੀ ਰੱਖਦਾ ਜਾਂ ਕੋਈ ਇੰਨਾ ਕੋਈ ਤਵੱਜੋ ਨਹੀਂ ਸੀ ਇਹ ਗੱਲਾਂ ਨੂੰ ਦਿੰਦੇ ਹੁੰਦੇ, ਬੱਚਿਆਂ ਵਾਲੀ ਉਮਰ ਹੁੰਦੀ ਆ, ਲੇਕਿਨ ਹਜੇ ਤੱਕ ਯਾਦ ਆ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੈੱਡਰੂਮ ਸੀ ਉਹਦੇ ਮਗਰ ਇੰਨੀ ਸੋਹਣੀ ਸਜਾਵਟ ਹੋਈ ਵੀ ਸੀ, ਪਰ ਤੋੜ ਜਿਵੇਂ ਕੋਈ ਮਾਰ ਕੇ ਖੁੱਡਾਂ ਪਈਆਂ ਹੁੰਦੀਆਂ, ਇਸ ਤਰ੍ਹਾਂ ਦੀਆਂ ਖੁੱਡਾਂ ਪਈਆਂ ਹੋਈਆਂ ਸੀ। ਤਾਂ ਮੈਂ ਪੁੱਛਿਆ ਵੀ ਇਹ ਕਿਉਂ ਆ, ਕਹਿੰਦੇ 'ਚ ਹੀਰੇ ਜਵਾਹਰਾਤ ਲੱਗੇ ਸੀ, ਸਾਰੇ ਅੰਗਰੇਜ਼ ਕੱਢ ਕੇ ਲੈ ਗਏ। ਤੁਸੀਂ ਦੇਖੋ ਕੰਧਾਂ 'ਤੇ ਵੀ ਹੀਰੇ ਜਵਾਹਰਾਤ ਲੱਗੇ ਸੀ। ਉਹ ਸੀ ਵਿਆਹ, ਇਹ ਤਾਂ ਐਵੇਂ ਛੋਟੇ ਮੋਟੇ ਵਿਆਹ, ਉਹਨਾਂ ਦੇ ਮੁਕਾਬਲੇ ਅਤੇ ਰੀਲਾਂ ਦੇਖੀ ਜਾਂਦੀ ਆ, ਦੇਖੀ ਜਾਓ, ਪਰ ਆਪਦੇ ਇਤਿਹਾਸ ਨੂੰ ਨਾ ਭੁੱਲੋ। ਜੇ ਇਹੋ ਜਿਹਾ ਸ਼ੌਂਕ ਰੱਖਦੇ ਹਾਂ ਤਾਂ ਇਹ ਕਿਤਾਬਾਂ ਜ਼ਰੂਰ ਪੜ੍ਹੋ, ਤਾਂ ਜੋ ਤੁਹਾਨੂੰ ਆਪਦੇ ਵਿਰਸੇ 'ਚ ਇਹੋ ਜਿਹੇ ਬੀਤੇ ਹੋਏ ਉਹ ਪਲ, ਜਿਹੜੇ ਉਸ ਟਾਈਮ ਬਹੁਤ ਭਾਵੇਂ ਮਹਿੰਗੇ ਸੀ,
ਬਹੁਤ ਉਹਦੀ ਕੀਮਤ ਵੀ ਚੁਕਾਉਣੀ ਪੈਂਦੀ ਹੈ। ਕੀਮਤ ਮੈਂ ਤਾਂ ਕਹਿੰਦਾ ਕਿਉਂਕਿ ਹਰੀ ਸਿੰਘ ਨਲੂਆ ਉੱਥੇ ਜਮਰੌਤ ਦੇ ਕਿਲ੍ਹੇ ਦੇ ਵਿੱਚ ਬੈਠਾ, ਭਾਵੇਂ ਹਰੀ ਸਿੰਘ ਨਲੂਏ ਨੂੰ ਪਤਾ ਵੀ ਸਾਰੀ ਫੌਜ ਜਿਹੜੀ ਆ ਲਾਹੌਰ ਬੁਲਾਈ ਗਈ ਹੈ, ਕਿਉਂਕਿ ਉੱਥੇ ਬਹੁਤ ਅਹਿਲਕਾਰ ਵੱਡੇ ਵੱਡੇ ਲੋਕ ਆ ਰਹੇ ਆ, ਗੈਸਟ ਬਣ ਕੇ ਆ ਰਹੇ ਆ, ਉਹਨਾਂ ਵਾਸਤੇ ਉਹਨਾਂ ਨੂੰ ਜਿਵੇਂ ਆਪਾਂ ਸਲਾਮੀ ਦਿੰਦੇ ਹਾਂ ਜਾਂ ਹੋਰ ਕਰਦੇ ਹਾਂ, ਉਹਦੇ ਵਾਸਤੇ ਭਾਵੇਂ ਪਠਾਣਾ ਦਾ ਉੱਥੇ ਘੇਰਾ ਪੈ ਗਿਆ। ਔਰ ਉਸ ਵੇਲੇ ਉਹਨੂੰ ਬੜੀ ਦਿੱਕਤ ਆਈ ਇਸ ਗੱਲ ਦੀ, ਫੌਜਾਂ ਨੂੰ ਫਿਰ ਵਾਪਸ ਭੇਜਣਾ ਪਿਆ। ਲੇਕਿਨ ਤੁਸੀਂ ਦੇਖੋ ਵੀ ਇੱਕ ਕਮਾਲ ਦਾ ਵਿਆਹ ਸੀ, ਉਹੋ ਜਿਹਾ ਕਦੇ ਵੀ ਦੁਨੀਆਂ ਵਿੱਚ ਵਿਆਹ ਨਹੀਂ ਹੋਇਆ। ਭਾਵੇਂ ਰੋਇਲ ਫੈਮਿਲੀ ਇੰਗਲੈਂਡ ਦੀ ਹੈ, ਉਹਨਾਂ ਦਾ ਵੀ ਐਡਾ ਤਕੜਾ ਵਿਆਹ ਨਹੀਂ ਸੀ ਜਿੰਨਾ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਰ ਨਿਹਾਲ ਦਾ ਵਿਆਹ ਹੋਇਆ ਸੀ।